ਸਾਡੇ ਨਾਲ ਨਿਹੰਗ ਸਿੰਘ ਜੁੜੇ ਨੇ ਹਰਜਿੰਦਰ ਸਿੰਘ ਜੀ। ਹਰਜਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਪੂਰਾ ਮਾਮਲਾ ਥੋੜਾ ਜਿਹਾ ਸਮਝਣਾ ਚਾਹਾਂਗੇ, ਇਹ ਜੋ ਕੁਝ ਹੋਇਆ ਹੈ ਕੀ ਵਜ੍ਹਾ ਸੀ, ਕਿਉਂ ਨਿਹੰਗ ਸਿੰਘ ਗਏ ਨੇ ਔਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਇਤਰਾਜ਼ ਹੈ ਖਾਸ ਤੌਰ ਤੇ। ਅਸਲ ਵਿੱਚ ਕੀ ਹੈ ਜੀ, ਜਿਹੜਾ ਇਹ ਸਹਜ ਅਰੋੜਾ ਹੈ ਨਾ ਜੀ, ਹਾਂਜੀ, ਇਸ ਨੇ ਜਿਹੜੀ ਪਿੱਛੇ ਵਿਵਾਦ ਹੋਈ ਸੀਗੀ ਸਾਰੀ, ਜਿਹੜੀ ਅਸ਼ਲੀਲ ਵੀਡੀਓ ਕਰਕੇ ਇਹਨਾਂ ਸ਼ਹਿਰ ਵਿੱਚ ਵਿਵਾਦ ਹੋਇਆ, ਸਮਾਜ ਵਿੱਚ ਉਸ ਚੀਜ਼ ਦਾ ਬੜਾ ਗਲਤ ਮੈਸੇਜ ਗਿਆ ਜੀ। ਇਹਨਾਂ ਸਾਰੀਆਂ ਚੀਜ਼ਾਂ ਤੋਂ ਅਸੀਂ ਇਹ ਦੇਖਿਆ ਸੀਗਾ ਕਿ ਇਸ ਬੰਦੇ ਤੋਂ ਇਹ ਜਿਹੜੀ ਗਲਤੀ ਹੋਈ ਹੈ ਨਾ, ਇਹਦੀ ਨੂੰ ਸਜ਼ਾ ਲੱਗਣੀ ਚਾਹੀਦੀ ਹੈ। ਮਗਰ ਹੋਇਆ ਕਿ ਜੀ, ਜਦੋਂ ਇਸ ਬੰਦੇ ਨੇ ਸਮਾਜ ਨੂੰ ਵਾਸਤਾ ਪਾਇਆ ਕਿ ਮੈਂ ਅੱਜ ਤੋਂ ਬਾਅਦ ਇੱਦਾਂ ਦਾ ਗੁਨਾਹ ਜਿਹੜਾ ਹੈਗਾ ਨਹੀਂ ਕਰੂੰਗਾ, ਜਾਂ ਮੇਰੇ ਕੋਲੋਂ ਜਿਹੜੀ ਹੋਈ ਹੈ ਗਲਤੀ ਨਾਲ ਚੀਜ਼ ਹੋਈ ਹੈ ਤੇ ਮੇਰੇ ਪਰਿਵਾਰ ਦਾ ਤੁਸੀਂ ਦੇਖੋ ਹਾਲ ਕੀ ਹੋਇਆ, ਮੇਰੇ ਘਰੇ ਬੱਚਾ ਹੋਣ ਵਾਲਾ ਹੈ, ਇਹਨੇ ਕਈ ਚੀਜ਼ਾਂ ਦਾ ਵਾਸਤਾ ਪਾਇਆ। ਤੇ ਕਿਉਂਕਿ ਤੁਹਾਨੂੰ ਪਤਾ ਹੈ ਜਿਹੜਾ ਸਿੱਖ ਧਰਮ ਦੇ ਲੋਕ ਹੁੰਦੇ ਨਾ, ਬੜੀ ਜਲਦੀ ਭਾਵੁਕ ਹੋ ਜਾਂਦੇ ਆ, ਜੇ ਇਹਨਾਂ ਨੂੰ ਗੁੱਸਾ ਜਲਦੀ ਆਉਂਦਾ ਤੇ ਭਾਵੁਕ ਵੀ ਜਲਦੀ ਹੋ ਜਾਂਦੇ ਆ। ਤੇ ਇਹਨਾਂ ਨੇ ਉਸ ਵੇਲੇ ਹਮਦਰਦੀ ਜਤਾਉਂਦੇ ਹੋਏ ਉਹਦੀ ਉਸ ਗੱਲ ਦੇ ਉੱਤੇ ਜਿਹੜੀ ਇੱਕ ਤਰ੍ਹਾਂ ਨਾਲ ਮਿੱਟੀ ਪਾ ਦਿੱਤੀ, ਮਗਰ ਇਹਨੂੰ ਅਸੀਂ ਇਹਨਾਂ ਚੀਜ਼ਾਂ ਲਈ ਪੱਕੀ ਰੋਕ ਲਈ ਸੀਗੀ ਕਿ ਇਹ ਕੰਮ ਦੁਬਾਰਾ ਨਹੀਂ ਹੋਣਾ ਚਾਹੀਦਾ। ਤੇ ਤੁਸੀਂ ਜੇ ਇਸ ਚੀਜ਼ ਤੋਂ ਸ਼ਰਮ ਮੰਨਦੇ ਹੋ, ਕਿਉਂਕਿ ਆਮ ਜਦੋਂ ਬੰਦਾ ਹੁੰਦਾ ਨਾ ਜਿਹਦੇ ਨਾਲ ਏਡੀ ਵੱਡੀ ਕੋਈ ਘਟਨਾ ਹੋ ਗਈ ਹੋਵੇ, ਉਸ ਤੋਂ ਬਾਅਦ ਤੇ ਵੈਸੇ ਸਮਾਜ ਵਿੱਚ ਉਸ ਤਰੀਕੇ ਨਾਲ ਨਹੀਂ ਵਿਚਰ ਪਾਉਂਦਾ, ਜਾਂ ਉਸ ਤਰੀਕੇ ਦੀ ਉਹਦੇ ਮਨ ਦੇ ਉੱਤੇ ਏਦਾਂ ਦੀਆਂ ਮਾੜੀਆਂ ਚੀਜ਼ਾਂ ਪ੍ਰਭਾਵ ਨਹੀਂ ਪਾਉਂਦੀਆਂ, ਕਿਉਂਕਿ ਉਹਨੂੰ ਪਤਾ ਹੁੰਦਾ ਕਿ ਮੇਰੇ ਨਾਲ ਕੀ ਹੋਇਆ। ਮਗਰ ਤੁਸੀਂ ਦੇਖੋ ਉਸ ਬੰਦੇ ਨੇ ਇਸ ਚੀਜ਼ ਤੋਂ ਕੋਈ ਸਬਕ ਨਹੀਂ ਲਿਆ, ਈਵਨ ਉਹ ਹੋਰ ਬੇਸ਼ਰਮ ਹੋ ਕੇ, ਮਤਲਬ ਜਿੱਥੇ ਜਿੱਥੇ ਉਹ ਜਾਂਦਾ ਉਹ ਨਿੱਕੀ ਨਿੱਕੀ ਗੱਲ ਤੇ ਸਟੋਰੀਆਂ ਪਾਉਂਦਾ, ਰੀਲਸ ਪਾਉਂਦਾ ਆ, ਉਹ ਆਪਣੇ ਨਿੱਜੀ ਚੀਜ਼ਾਂ ਨੂੰ ਵੀ ਸੋਸ਼ਲ ਕਰਦਾ ਆ, ਮਤਲਬ ਉਹਨਾਂ ਨੇ ਗੰਦ ਦੀ ਇੱਕ ਹੱਦ ਹੁੰਦੀ ਹੈ ਨਾ ਜੀ, ਉਹ ਟੱਪ ਦਿੱਤੀ ਹੋਈ ਆ। ਤੇ ਅਸੀਂ ਇਹਨੂੰ ਉਹੀ ਯਾਦ ਕਰਾਉਣ ਆਏ ਸੀਗੇ ਕਿ ਜਿਹੜੀ ਇਹ ਤੂੰ ਘਟਨਾ ਕੀਤੀ ਹੈ, ਜੋ ਤੂੰ ਇਹ ਕੀਤਾ ਆ, ਕਿ ਉਹ ਸਾਰਾ ਕੁਝ ਡਰਾਮਾ ਸੀਗਾ, ਜਦ ਇੰਨੇ ਤੇਰੇ ਨਾਲ ਹੋਏ ਸਮਾਜ ਵਿੱਚ ਵਿਤਕਰੇ ਦਾ, ਅਸੀਂ ਤੇਰੇ ਨਾਲ ਉਸ ਤਰੀਕੇ ਦਾ ਸਲੂਕ ਨਹੀਂ ਕੀਤਾ ਜਿੱਦਾਂ ਹੋਣਾ ਚਾਹੀਦਾ ਸੀ। ਸਿਰਫ ਇਸ ਗੱਲ ਕਰਕੇ, ਕਿਉਂਕਿ ਪੰਜਾਬ ਦੀ ਧਰਤੀ ਤੇ ਜਿਹੜੇ ਲੋਕ ਰਹਿੰਦੇ ਨੇ ਉਹ ਕਿਸੇ ਨਾਲ ਵੀ ਧੱਕਾ ਨਹੀਂ ਕਰਦੇ, ਮਗਰ ਇਸ ਚੀਜ਼ ਦਾ ਕੋਈ ਨਜਾਇਜ਼ ਫਾਇਦਾ ਚੱਕੇ ਇਹ ਵੀ ਨਹੀਂ ਹੋ ਸਕਦਾ। ਸੋ ਇਸ ਨੂੰ ਅਸੀਂ ਇਹ ਦੱਸਿਆ ਕਿ ਅੱਜ ਉਹ ਸਾਡੇ ਕਿਉਂਕਿ ਸਾਹਮਣੇ ਨਹੀਂ ਮੱਥੇ ਨਹੀਂ ਲੱਗਾ। ਅੱਛਾ, ਤੇ ਉਹਦੇ ਉੱਤੇ ਜਦੋਂ ਅਸੀਂ ਸ਼ੌਪ ਤੇ ਗਏ ਆ, ਫਿਰ ਇਹੀ ਗੱਲਬਾਤ ਸ਼ੁਰੂ ਹੋ ਚੁੱਕੀ ਸੀਗੀ। ਤਸਵੀਰ ਸਿੰਘ ਅਕਾਲੀ ਢਾਡੀ ਉਹਨਾਂ ਨੇ ਇਸ ਚੀਜ਼ ਦੀ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੱਤੀ ਸੀ ਕਿ ਅੱਜ ਇਸ ਬੰਦੇ ਨਾਲ ਅਸੀਂ ਮਿਲਣ ਜਾ ਰਹੇ ਹਾਂ। ਅੱਛਾ, ਇਸ ਬੰਦੇ ਨੂੰ ਕੋਈ ਜਾਂ ਸਾਡੇ ਨਾਲ ਸੰਪਰਕ ਕਰ ਲਵੇ, ਜਾਂ ਇਹ ਬੰਦਾ ਜਿਹੜਾ ਹੈਗਾ ਆਪਣੀ ਜਿਹੜੀ ਦਸਤਾਰ ਹੈ, ਕਿਉਂਕਿ ਇਹ ਦਸਤਾਰ ਕਿਸੇ ਬੰਦੇ ਦੀ ਨਹੀਂ ਹੈਗੀ ਹੈ, ਇਹ ਸਿੱਖਾਂ ਦੀ ਨਿਸ਼ਾਨੀ ਹੈ, ਸਿੱਖ ਕੌਮ ਦੀ ਨਿਸ਼ਾਨੀ, ਸਿਰਫ ਜਿਹੜਾ ਹੈ ਉਹਨੂੰ ਪਾਉਣ ਦਾ ਅਧਿਕਾਰ ਹੈ ਜਿਹੜਾ ਉਹਦੀ ਮਾਨ ਮਰਿਆਦਾ ਰੱਖਦਾ। ਸੋ ਤੁਹਾਨੂੰ ਇਤਰਾਜ਼ ਇਹ ਹੈ ਵੀ ਸਾਬਤ ਸੂਰਤ ਹੋ ਕੇ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ? ਮੈਨੂੰ ਇਹ ਇਤਰਾਜ਼ ਹੈ ਜੀ ਕਿ ਸਿੱਖ ਆਇਡੈਂਟੀਟੀ ਦੇ ਨਾਲ ਇਹ ਕੰਮ ਨਹੀਂ ਹੋ ਸਕਦੇ, ਕਿਉਂਕਿ ਦੇਖੋ ਸਿਰਫ ਸਾਡਾ ਇੱਕ ਧਰਮ ਇੱਦਾਂ ਦਾ ਧਰਮ ਹੈ ਜੀ, ਜਿਹੜਾ ਉਸ ਧਰਮ ਨੂੰ ਮੰਨਣ ਵਾਲਾ ਬੰਦਾ ਉਸ ਧਰਮ ਨੂੰ ਜਵਾਬ ਦੇ ਹੈ ਕਿ ਜੇ ਉਹ ਰਹਿਤ ਮਰਿਆਦਾ ਅਨੁਸਾਰ ਆਪਣਾ ਜੀਵਨ ਨਹੀਂ ਜਿੰਦਾ, ਉਹਨੂੰ ਅਕਾਲ ਤਖ਼ਤ ਸਾਹਿਬ ਤੋਂ ਵੀ ਸਜ਼ਾ ਲੱਗਦੀ ਹੈ, ਤਨਖਾਹ ਲੱਗਦੀ ਹੈ, ਤੇ ਉਹਨੂੰ ਸਮਾਜਿਕ ਤੌਰ ਤੇ ਵੀ ਜਿਹੜੀ ਹੈ ਸਜ਼ਾ ਲੱਗਦੀ ਹੈ। ਮਗਰ ਇਹ ਚੀਜ਼ ਦਾ ਇਸਨੇ ਨਜਾਇਜ਼ ਫਾਇਦਾ ਚੱਕਿਆ, ਹੁਣ ਅਸੀਂ ਇਸ ਨੂੰ ਇਸ ਚੀਜ਼ ਲਈ ਜਿਹੜੇ ਗੁਨਾਹ ਕਰ ਰਿਹਾ ਸੀ ਆਪਾਂ ਇਹਨੂੰ ਕਾਨੂੰਨੀ ਸਜ਼ਾ ਵੀ ਦਵਾਵਾਂਗੇ। ਅਸੀਂ ਥਾਣੇ ਵਿੱਚ ਇਹਦੀ FIR ਕਰਨ ਦੇ ਲਈ ਕੰਪਲੇਂਟ ਦੇ ਕੇ ਆਏ ਹਾਂ, ਥਾਣੇ ਨੇ ਪੁਲਿਸ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਸਾਨੂੰ ਸਿਰਫ 2 ਦਿਨ ਦਾ ਸਮਾਂ ਦੇ ਦਿਓ, 2 ਦਿਨ ਦੇ ਵਿੱਚ ਵਿੱਚ ਇਸ ਦੇ ਉੱਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਜ਼ਰੂਰ ਕਰਾਂ। ਤੇ ਕੋਈ 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 ਗੱਲਬਾਤ ਕਰਨ ਬਾਰੇ ਵੀ ਕਿਹਾ ਬੈਠ ਕੇ ਆਮਣੇ ਸਾਹਮਣੇ ਕੁਛ ਐਸਾ? ਦੇਖੋ ਗੱਲਬਾਤ ਕਰਨ ਦਾ ਨਾ ਹੁਣ ਸਮਾਂ ਲੰਘ ਚੁੱਕਿਆ, ਕਿਉਂਕਿ ਇਹ ਘਟਨਾ ਸਾਲ ਤੋਂ ਵੱਧ ਪੁਰਾਣੀ ਹੋ ਚੁੱਕੀ ਹੈ, ਜਿਹੜੀ ਪਿਛਲੇ ਅਸ਼ਲੀਲ ਵੀਡੀਓ ਵਾਲੀ ਸੀ। ਉਹ ਦੇਖੋ ਉਸ ਅਸ਼ਲੀਲ ਵੀਡੀਓ ਦੇ ਕਾਰਨ ਦੇ ਨਾਲ ਇਹਦੇ ਕੋਲ ਕੰਮ ਕਰਨ ਵਾਲੀਆਂ 2 ਲੜਕੀਆਂ ਨੂੰ ਜੇਲ੍ਹ ਹੋਈ ਜੀ ਜੀ, ਠੀਕ ਹੈ। ਇਸ ਨੇ ਆਪ ਉਹਨਾਂ ਨੂੰ ਉਹ ਵੀਡੀਓ ਭੇਜੀ ਤੇ ਉਹਨਾਂ ਦੀ ਜ਼ਿੰਦਗੀ ਵੀ ਖਰਾਬ ਕੀਤੀ, ਬੱਚਿਆਂ ਦੀ, ਉਹ ਵੀ ਜੇਲ੍ਹਾਂ 'ਚ ਗਏ, ਤੇ ਆਪਣਾ ਤੇ ਇਹਨੇ ਤਮਾਸ਼ਾ ਸਮਾਜ ਵਿੱਚ ਬਣਾ ਹੀ ਦਿੱਤਾ ਹੋਇਆ। ਤੇ ਅਸੀਂ ਇਹ ਚਾਹੁੰਦੇ ਹਾਂ ਕਿ ਹੁਣ ਗੱਲਬਾਤ ਨਹੀਂ ਕਰਨੀ ਹੈ, ਹੁਣ ਜਿਹੜੀ ਚੀਜ਼ ਉਦੋਂ ਨਹੀਂ ਹੋ ਸਕੀ ਸੀ ਹੁਣ ਹੋਏਗੀ, ਇਸ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਉਣੀ ਹੈ। ਤੁਸੀਂ ਤੁਸੀਂ ਪਹਿਲਾਂ ਕੋਈ ਗੱਲਬਾਤ ਕੀਤੀ ਸੀ? ਨਹੀਂ, ਅਸੀਂ ਇਸ ਬਾਰੇ ਪਹਿਲਾਂ ਇਹਨਾਂ ਨਾਲ ਜਦੋਂ ਉਸ ਵੇਲੇ ਵਿਵਾਦ ਹੋਇਆ ਸੀ, ਜਦੋਂ ਸਾਲ ਪੁਰਾਣੀ ਘਟਨਾ ਵੇਲੇ ਵਿਵਾਦ ਹੋਇਆ ਸੀ, ਉਸ ਵੇਲੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਸੀ ਜੀ। ਇਹਨਾਂ ਨੇ ਆਸ਼ਵਾਸਨ ਦਿੱਤਾ ਸੀਗਾ ਕਿ ਬਹੁਤ ਵੱਡੀ ਗਲਤੀ ਹੋਈ ਹੈ, ਇਸ ਗਲਤੀ ਦੀ ਜੋ ਸਜ਼ਾ ਲਾਉਂਗੇ ਅਸੀਂ ਮੰਨਾਂਗੇ। ਇਹਨੇ ਮੰਨਿਆ ਸੀਗਾ ਕਿ ਇਹ ਸੋਸ਼ਲ ਮੀਡੀਆ ਤੋਂ ਪ੍ਰੋਪਰ ਤਰੀਕੇ ਨਾਲ ਜਿਹੜਾ ਪਿੱਛੇ ਹਟ ਜਾਏਗਾ, ਮਗਰ ਦੇਖੋ ਫਿਰ ਵੀ ਇਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਸਪੇਸ ਮਿਲਦੀ ਰਹੀ,
ਇਹਨਾਂ ਲੋਕਾਂ ਨੇ ਜੋ ਇਹਨਾਂ ਦੇ ਮਨ ਚ ਸੀਗੀਆਂ ਉਹ ਕੀਤੀਆਂ ਤੇ ਸਿੱਖ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦਾ ਕਿ ਉਹਨਾਂ ਦੀ ਪੱਗ ਦੇ ਉੱਤੇ ਕੋਈ ਇਸ ਤਰੀਕੇ ਨਾਲ ਦਾਗ ਲਾਵੇ। ਮਤਲਬ ਹੁਣ ਤੁਹਾਨੂੰ ਇਹ ਇਤਰਾਜ਼ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਕਿਸੇ ਆਮ ਗਾਣੇ ਤੇ ਜਾਂ ਕਿਸੇ ਚੀਜ਼ ਤੇ ਕੋਈ ਵੀਡੀਓ ਨਾ ਬਣਾਓ। ਹਾਂ, ਉਹ ਕਿਸੇ ਵੀ ਤਰ੍ਹਾਂ ਦਾ ਇੱਦਾਂ ਦਾ ਕੰਮ ਨਹੀਂ ਕਰੇਗਾ ਜਿਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਸਾਨੂੰ ਦੁਬਾਰਾ ਉਹਨੂੰ ਰੋਕਣ ਦੇ ਲਈ ਮਜਬੂਰ ਹੋਣਾ ਪਵੇ ਤੇ ਉਹਦੀਆਂ ਗਲਤੀਆਂ ਦੀ ਸਜ਼ਾ ਜਿਹੜੀ ਸਾਡੀ ਕੌਮ ਨੂੰ ਮਿਲੇ। ਕਿਉਂਕਿ ਦੇਖੋ ਸਮਾਜ ਵਿੱਚ ਮੈਸੇਜ ਆਉਂਦਾ ਹਰੇਕ ਗੱਲ ਦਾ। ਸਾਡੇ ਛੋਟੇ ਛੋਟੇ ਬੱਚਿਆਂ ਦੇ ਹੱਥ 'ਚ ਮੋਬਾਈਲ ਹੈ, ਉਹਨਾਂ ਨੇ ਜਦੋਂ ਇਹਨਾਂ ਨੂੰ ਦੇਖਣਾ ਆ ਉਹਨਾਂ ਨੇ ਲੱਗਣਾ ਕਿ ਸ਼ਾਇਦ ਸਮਾਜ ਵਿੱਚ ਸਭ ਚੱਲਦਾ ਆ, ਇਹ ਗੱਲਾਂ ਆਮ ਨੇ। ਇਹ ਆਮ ਨਹੀਂ ਹੈ, ਇਹ ਆਮ ਨਹੀਂ ਹੋਣ ਦੇਣੀਆਂ ਪੰਜਾਬ 'ਚ ਗੱਲਾਂ। ਪਰ ਹਰਜਿੰਦਰ ਸਿੰਘ ਜੀ, ਇਹਦੇ 'ਚ ਇੱਕ ਹੋਰ ਵੀ ਚੀਜ਼ ਹੈ, ਕਾਨੂੰਨ ਇਹਦੇ 'ਚ ਕੀ ਸਜ਼ਾ ਹੋਏਗੀ ਜੇ ਕੋਈ ਵਿਅਕਤੀ ਮੰਨ ਲਓ ਸੋਸ਼ਲ ਮੀਡੀਆ 'ਤੇ ਵੀਡੀਓ ਬਣਾਉਂਦਾ, ਹੋਰ ਵੀ ਬਹੁਤ ਸਾਰੇ ਲੋਕ ਬਣਾਉਂਦੇ ਨੇ, ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕਾਨੂੰਨ ਸਜ਼ਾ ਕੀ ਹੋਏਗੀ? ਦੇਖੋ, ਲੱਚਰਤਾ ਫੈਲਾਉਣ ਦੀ ਸਜ਼ਾ ਹੈਗੀ ਹੈ ਕਾਨੂੰਨ ਦੇ ਅੰਦਰ। ਕਾਨੂੰਨ ਦੇ ਅੰਦਰ ਕਿਸੇ ਨੂੰ ਵੀ ਭੜਕਾਉਣਾ, ਕਿਸੇ ਨੂੰ ਵੀ ਗਲਤ ਗਾਈਡ ਕਰਨ ਦੀਆਂ ਸਜ਼ਾਵਾਂ ਹੈਗੀਆਂ ਨੇ। ਜਿਹੜੀ ਉਹਨੂੰ ਕਾਨੂੰਨੀ ਤੌਰ 'ਤੇ ਸਜ਼ਾ ਹੈਗੀ ਹੈ ਉਹ ਅਸੀਂ ਉਹਨੂੰ ਦਵਾਵਾਂਗੇ, ਨਾਲੇ ਜਿਹੜੀ ਸਮਾਜਿਕ ਸਜ਼ਾ ਹੈਗੀ ਉਹਦੀ, ਉਹਦਾ ਇਹੀ ਬਣਦਾ ਵਿਰੋਧ ਹੈ ਕਿ ਉਹ ਜੇ ਉਹਨੇ ਸਿਰ 'ਤੇ ਪੱਗ ਬੰਨੀ ਹੈ ਤੇ ਉਹ ਇਹ ਕੰਮ ਨਹੀਂ ਕਰੂਗਾ। ਜੇ ਉਹਨੇ ਇਹ ਕੰਮ ਕਰਨਾ ਆ ਫਿਰ ਸਾਡੀ ਜਿਹੜੀ ਦਸਤਾਰ ਉਹ ਸਾਨੂੰ ਮੋੜ ਦੇਵੇ, ਉਸ ਤੋਂ ਬਾਅਦ ਉਹ ਜੋ ਮਰਜ਼ੀ ਕਰੇ, ਸਾਨੂੰ ਉਹਦੇ ਨਾਲ ਕੋਈ ਤਾਲੁਕ ਨਹੀਂ ਹੈ, ਸਾਨੂੰ ਉਹਦੇ ਨਾਲ ਕੋਈ ਲੈਣ ਦੇਣਾ ਨਹੀਂ। ਪਰ ਇਹਦੇ 'ਚ ਇੱਕ ਸਵਾਲ ਹੋਰ ਹੈ, ਦੇਖੋ ਤੁਸੀਂ ਕਾਨੂੰਨ ਗੱਲ ਕੀਤੀ ਤਾਂ ਮੈਂ ਉਸੇ ਹਿਸਾਬ ਨਾਲ ਤੁਹਾਨੂੰ ਕਾਨੂੰਨ ਗੱਲ ਕਰ ਰਿਹਾ। ਬਹੁਤ ਸਾਰੇ ਕਲਾਕਾਰ ਨੇ, ਬਹੁਤ ਸਾਰੇ ਐਕਟਰ ਨੇ, ਸਿੰਗਰ ਨੇ ਜਿਹੜੇ ਸਾਬਤ ਸੂਰਤ ਵੀ ਨੇ, ਕੋਈ ਸਟੇਜ ਸ਼ੋਅਜ਼ ਕਰਦੇ ਨੇ, ਕੋਈ ਗਾਣੇ ਗਾਉਂਦੇ ਨੇ, ਗਾਣਿਆਂ ਦੇ ਵਿੱਚ ਵੀ ਐਸੀ ਸ਼ਬਦਾਵਲੀ ਹੁੰਦੀ ਹੈ, ਤਾਂ ਮਤਲਬ ਕਦੇ ਆਪਾਂ ਇਸੇ ਸਮਾਜ 'ਚ ਹੀ ਰਹਿੰਦੇ ਹਾਂ, ਕਿੰਨੀ ਕੁ ਕਾਰਵਾਈ ਕਦੇ ਕਿਸੇ ਦੇ ਖਿਲਾਫ਼ ਦੇਖੀ ਹੈ? ਜਾਂ ਅੱਜ ਕੱਲ੍ਹ ਹਰ ਕੋਈ ਕਹਿੰਦਾ ਕਿ ਸਾਡੀ ਨਿੱਜਤਾ ਹੈ, ਨਿੱਜਤਾ ਦਾ ਅਧਿਕਾਰ ਹੈ। ਤੁਸੀਂ ਧਰਮ ਦੀ ਗੱਲ ਕਰ ਰਹੇ ਹੋ, ਇੱਕ ਅਲੱਗ ਗੱਲ ਹੈ ਕਿ ਹਾਂ ਠੀਕ ਹੈ ਤੁਸੀਂ ਉਸ ਚੀਜ਼ ਨੂੰ ਸਾਹਮਣੇ ਰੱਖ ਰਹੇ ਹੋ, ਮਤਲਬ ਪਰਟੀਕੁਲਰਲੀ ਕੀ ਹੈ ਮੈਂ ਸਮਝ ਨਹੀਂ ਪਾ ਰਿਹਾ, ਮਤਲਬ ਕੀ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰਦਾ ਜੀ। ਮੰਨ ਲਓ ਕੋਈ ਮੂਵੀ ਬਣਦੀ ਜੀ, ਉਹਨੂੰ ਮੂਵੀ ਬਣਾਉਣ ਤੋਂ ਬਾਅਦ ਨਾ ਇੱਕ ਸੈਂਸਰ ਤੋਂ ਪਾਸ ਕਰਾਉਣਾ ਪੈਂਦਾ ਜੀ, ਹਨਾ, ਇੱਕ ਬੈਰੀਕੇਡਿੰਗ ਹੈ ਨਾ। ਪਰ ਸੋਸ਼ਲ ਮੀਡੀਆ ਤੇ ਰਜਿੰਦਰ ਸਿੰਘ ਜੀ ਸੈਂਸਰਸ਼ਿਪ ਹੈ ਹੀ ਨਹੀਂ, ਲੋਕ ਗਾਲਾਂ ਕੱਢੀ ਜਾਂਦੇ ਨੇ, ਕਿਸੇ ਨੂੰ ਪੁੱਠਾ ਬੋਲੀ ਹੈ। ਤੁਸੀਂ ਕਮੈਂਟਸ ਦੇਖੋ ਫੇਸਬੁੱਕ ਤੇ ਜਾਂ ਹੋਰ ਜਿਹੜੀਆਂ ਸਾਈਟਸ ਨੇ, ਕਿਵੇਂ ਗੰਦੀਆਂ ਗਾਲਾਂ, ਉਹ ਸਾਬਤ ਸੂਰਤ ਬੰਦੇ ਨੇ ਜਿਹੜੇ ਕਰ, ਤੁਸੀਂ ਐਗਰੀ ਹੋਵੋਗੇ ਇਸ ਗੱਲ ਨਾਲ? ਹਾਂ, ਮੈਂ ਉਹੀ ਕਹਿ ਰਿਹਾ ਜੀ, ਮੇਰੀ ਗੱਲ ਨੂੰ ਪੂਰੇ ਸੁਣਿਓ। ਜਦੋਂ ਕੋਈ ਮੂਵੀਜ਼ ਬਣਦੀਆਂ ਜਾਂ ਕੋਈ ਏਦਾਂ ਦੀ ਸਕ੍ਰਿਪਟ ਬਣਦੀ ਹੈ ਜਾਂ ਕੋਈ ਡਾਕੂਮੈਂਟਰੀ ਤਿਆਰ ਕਰਦਾ ਜਾਂ ਕੋਈ ਗਾਣੇ ਵੀ ਤਿਆਰ ਕਰਦਾ, ਹਰੇਕ ਚੀਜ਼ ਨੂੰ ਚਲਾਉਣ ਦੇ ਲਈ ਇੱਕ ਸੈਂਸਰ ਹੁੰਦਾ ਜੀ, ਜਿਹੜਾ ਉਹ ਸੈਂਸਰ ਹੈ ਨਾ ਉਹਨੂੰ ਪਾਸ ਕਰਦਾ ਕਿ ਇਹ ਕਿਸ ਕੈਟਾਗਰੀ ਦਾ, ਕਿਉਂਕਿ ਨਾ ਮੰਨ ਲਓ ਗਾਲੀਆਂ ਵੀ ਜੇ ਚੱਲਣੀਆਂ ਨਾ ਉਹਦੇ ਲਈ ਇੱਕ ਕੈਟਾਗਰੀ ਹੁੰਦੀ ਹੈ ਕਿ ਇਹ ਇਸ ਕੈਟਾਗਰੀ ਦੀ ਮੂਵੀ ਹੈ, ਇਸ ਏਜ ਦਾ ਬੱਚਾ ਦੇਖ ਸਕਦਾ ਜਾਂ ਇਸ ਏਜ ਦਾ ਬੰਦਾ ਦੇਖ ਸਕਦਾ ਜਾਂ ਬੀਬੀ ਦੇਖ ਸਕਦੀ ਹੈ। ਜਿਹੜੀ ਸੋਸ਼ਲ ਮੀਡੀਆ ਇਹਦੇ ਤੇ ਕੋਈ ਬੈਰੀਗੇਟਿੰਗ ਨਹੀਂ ਹੈ, ਕੋਈ ਬੈਰੀਅਰ ਨਹੀਂ ਹੈ, ਇੱਥੇ ਤੁਸੀਂ ਜੋ ਮਰਜ਼ੀ ਪਾ ਦਿਓ, ਜੋ ਲੁੱਚਪੁਣਾ, ਜੋ ਗੰਦਪੁਣਾ, ਜੋ ਤੁਹਾਡੇ ਵਾਸਤੇ ਕਰ ਦਿਓ। ਬਿਲਕੁਲ, ਫਿਰ ਕੀ ਹੁੰਦਾ, ਜਿਹੜੀ ਸੁਹਿਰਦ ਲੋਕਾਂ ਦੀ ਸਮਾਜ ਵਿੱਚ ਇੱਕ ਗਿਣਤੀ ਹੈ ਨਾ, ਉਹ ਉਸ ਚੀਜ਼ ਨੂੰ ਰੋਕਣ ਦੇ ਲਈ ਅੱਗੇ ਆਉਂਦੀ ਹੈ। ਠੀਕ ਹੈ, ਇਸੇ ਤਰ੍ਹਾਂ ਆਪਾਂ ਨੂੰ ਇਹ ਜ਼ਿੰਮੇਵਾਰੀ, ਕਿਉਂਕਿ ਇਹ ਲੋਕਾਂ, ਮੈਂ ਤੁਸੀਂ ਹੁਣ ਉਸ ਪੁਆਇੰਟ ਤੇ ਆਏ ਹੋ ਜਿਹੜੀ ਗੱਲ ਮੈਂ ਕਰਨਾ ਚਾਹ ਰਿਹਾ ਸੀਗਾ। ਮੈਨੂੰ ਐਂ ਸੀ ਤੁਸੀਂ ਪਹਿਲਾਂ ਆਪਣੀ ਗੱਲ ਕਹੋ ਕਿ ਇੱਕ ਇੰਸਟਾਂਸ ਦੇ ਨਾਲ ਜਾਂ ਇੱਕ ਚੀਜ਼ ਦੇ ਨਾਲ ਇਹਨਾਂ ਚੀਜ਼ਾਂ ਨੂੰ ਰੋਕਣ ਦੀ ਬਜਾਏ ਆਪਾਂ ਨੂੰ ਵੱਡੇ ਸੰਦਰਭ 'ਚ ਗੱਲ ਕਰਨੀ ਚਾਹੀਦੀ ਹੈ, ਇਹ ਚੀਜ਼ ਜ਼ਿਆਦਾ ਜ਼ਰੂਰੀ ਨਹੀਂ? ਬਿਲਕੁਲ ਬਿਲਕੁਲ, 100% ਤੁਹਾਡੀ ਗੱਲ ਠੀਕ ਹੈ। ਅਸੀਂ ਇਸ ਚੀਜ਼ ਦੇ ਲਈ ਨਾ ਬਾਰ ਬਾਰ ਮੰਗ ਉਠਾਉਂਦੇ ਹਾਂ, ਕਿਉਂਕਿ ਸਾਡੇ ਕੋਲ ਸਾਡਾ ਅਦਾਰਾ ਜਿਹੜਾ ਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਅਸੀਂ ਸਾਰੇ ਰਾਈਟ ਉਹਨਾਂ ਨੂੰ ਦਿੱਤੇ ਹੋਏ ਆ। ਠੀਕ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਸਾਡੀ ਜਿਹੜੀਆਂ ਜਾਇਜ਼ ਮੰਗਾਂ ਨੇ ਨਾ ਉਹ ਘੱਟੋ ਘੱਟ ਉਹ ਤੇ ਪੂਰੀਆਂ ਕਰਨ, ਤੇ ਉਹਨਾਂ ਦੇ ਉੱਤੇ ਸਾਡਾ ਆਲਰੇਡੀ ਕੰਮ ਚੱਲ ਰਿਹਾ, ਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕੀਤਾ ਵੀ ਹੈ, ਏਦਾਂ ਦੇ ਬੰਦਿਆਂ ਦੇ ਉੱਤੇ ਰੋਕ ਲਾਈ ਵੀ ਹੈ। ਸੋ ਇਹ ਵੀ ਇੱਕ ਪਾਰਟ ਹੈ, ਅਸੀਂ ਇਹਨੂੰ ਵੀ ਇਸੇ ਤਰੀਕੇ ਨਾਲ ਹੀ ਡੀਲ ਕਰਨਾ ਚਾਹੁੰਦੇ ਹਾਂ। ਸਾਨੂੰ ਉਮੀਦ ਹੈਗੀ ਹੈ ਕਿ ਇਸ ਵਾਰੀ ਪ੍ਰਸ਼ਾਸਨ ਜਿਹੜਾ ਹੈ ਤੇ ਕਾਰਵਾਈ ਕਰੂਗਾ ਤੇ ਇਸ ਚੀਜ਼ ਨੂੰ ਠੱਲ ਜ਼ਰੂਰ ਪਊਗੀ। ਔਰ ਇੱਕ ਗੱਲ ਹੋਰ ਹਰਜਿੰਦਰ ਸਿੰਘ ਜੀ, ਕੀ ਤੁਹਾਨੂੰ ਲੱਗਦਾ ਕਿ ਹਰ ਚੀਜ਼ ਸਖਤੀ ਨਾਲ ਹੀ ਮਨਵਾਈ ਜਾ ਸਕਦੀ ਹੈ ਜਾਂ ਉਸਦੇ ਹੋਰ ਵੀ ਤਰੀਕੇ ਹੁੰਦੇ ਆ? ਇਹ ਨਾ ਡਿਪੈਂਡ ਕਰਦਾ, ਸਿਚੁਏਸ਼ਨ ਤੇ ਡਿਪੈਂਡ ਕਰਦਾ। ਮੰਨ ਲਓ ਤੁਹਾਡੀ ਕੋਈ ਚੀਜ਼ ਇਦਾਂ ਦੀ ਹੈ ਜਿਹੜੀ ਤੁਹਾਨੂੰ ਪਿਆਰ ਨਾਲ ਸਮਝਾਉਣੀ ਚਾਹੀਦੀ ਹੈ ਤਾਂ ਕਿ ਬੰਦੇ ਨੂੰ ਗੱਲ ਜੱਚ ਜਾਵੇ, ਜੱਚਣ ਤੋਂ ਬਾਅਦ ਉਹ ਬੰਦਾ ਫਿਰ ਉਹ ਮਹਿਸੂਸ ਕਰੇ ਕਿ ਇਹ ਚੀਜ਼ ਮੇਰੇ ਭਲੇ ਲਈ ਸੀਗੀ, ਮੈਂ ਹੁਣ ਇਹ ਕੰਮ ਨਹੀਂ ਕਰਨਾ। ਮਗਰ ਹੁੰਦਾ ਕੀ ਹੈ, ਸਮਾਜ ਵਿੱਚ ਜਿਹੜਾ ਵੱਡਾ ਵਿਗਾੜ ਆ ਗਿਆ ਨਾ, ਉਹਦੀ ਗਿਣਤੀ ਜ਼ਿਆਦਾ ਹੋ ਚੁੱਕੀ ਹੈ,
डिपेंड करता बंदा जेड़ा जिस गल जुड़ी है वो गल प्यार ना समझण वाली है या वो मैं पर्टिकुलरली निहंग सिंह जथेबंदियां दी गल कर लैना है कि कई थावां ते ऐसे घटनाक्रम होए कि निहंग सिंह जथेबंदियां वालों थोड़ा तलख रवैया अपनाया गया, ठीक है, और उहदे नाल एक समाज दे विच इमेज पैदा हो जाती है या कहीए कि एक डर या खौफ बन जाता है कि तुहानूं चंगा लगता है कि ऐसा खौफ बने समाज दे विच कि नहीं जी जे निहंग सिंह जथेबंदियां तां इन्हां ने तां गलत गल ही करनी है या धक्का ही करना है या किसे नाल ना इंसाफी करनी है। देखो ये तो देखने वाले की अख ते निर्भर करता है। मान लो तुसी आम एक एरिए च कोई प्रॉब्लम या डिस्प्यूट होण करके प्रशासन की गिनती नूं वध देख लैंदे हो, प्रशासन आ कुछ चीज़ नूं डील करदा, तुसी मन लैंदे आ क्योंकि उन्हां कोल अथॉरिटी हैगी, इस करके उन्हां ने जे धक्का भी कीता जे किसे नूं कुट्टिया मारिया भी ते तुसी उस चीज़ नूं वायलेशन नहीं समझदे, तुसी उस चीज़ नूं कंट्रोल सिचुएशन समझदे आ। हरजिंदर सिंह जी देखो कानूनन अथॉरिटी नहीं है ना, इस करके इतराज उठ जाते हैं। मैं कहना चाह रहा हूं कानूनन अथॉरिटी ना होने की मतलब ये गल किदा तुसी कह सकते हैं कानूनन तौर पर किदा असी नहीं अपने आप मन सकते कि यह चीज असी नहीं करनी किसी होर को करनी है। ਅਸੀਂ ਜਿੰਨੇ ਲਿਮਿਟਸ ਦੇ ਅੰਦਰ ਕਰ ਸਕਦੇ ਹਾਂ ਅਸੀਂ ਉਹਨੂੰ ਵੀ ਪਾਲਣਾ ਤੇ ਲੈ ਕੇ ਆਉਂਦੇ ਹਾਂ, ਉਸ ਤੋਂ ਇਲਾਵਾ ਜਿਹੜੀ ਚੀਜ਼ ਕਾਨੂੰਨ ਨੇ ਕਰਨੀ ਅਸੀਂ ਉਹਨਾਂ ਦੀ ਇੰਟਰਫੇਰੈਂਸ ਵੀ ਚਾਹੁੰਦੇ ਹਾਂ, ਮਗਰ ਏਦਾਂ ਨਹੀਂ ਹੈ ਕਿ ਆਪਾਂ ਆਪਣੇ ਤੌਰ ਦੇ ਉੱਤੇ ਕੋਈ ਕਾਰਵਾਈ ਕਰ ਦਿੱਤੀ ਤੇ ਕਾਨੂੰਨ ਸਾਡੇ ਤੇ ਕਾਰਵਾਈ ਨਹੀਂ ਕਰਦਾ। ਕਾਨੂੰਨ ਵੀ ਖੁੱਲ੍ਹ ਹੈ, ਕਾਨੂੰਨ ਵੀ ਬਣਦੀ ਕਾਰਵਾਈ ਸਾਡੇ ਤੇ ਕਰਦਾ ਹੈਗਾ ਜਦੋਂ ਅਸੀਂ ਕੋਈ ਚੀਜ਼ ਏਦਾਂ ਦੀ ਕਰਦੇ ਜਿਹੜੀ ਉਹਨਾਂ ਨੂੰ ਨਹੀਂ ਐਕਸੈਪਟ। ਪਹਿਲੇ ਤਾਂ ਆਪਾਂ ਕਾਨੂੰਨ ਕੋਲ ਹੀ ਜਾਂਦੇ ਹਾਂ ਨਾ, ਕੁੱਲੜ ਪਿੰਜ ਵਾਲੀ ਘਟਨਾ ਕਾਨੂੰਨ ਦੇ ਦਾਇਰੇ ਦਰਵਾਜ਼ੇ ਤੇ ਜਾ ਕੇ ਸ਼ੁਰੂ ਹੋਈ ਨਾ, ਉੱਥੇ ਉਹਨਾਂ ਨੂੰ ਨਹੀਂ ਰਿਜ਼ਲਟ ਮਿਲਿਆ, ਈਵਨ ਉਹੀ ਕੁੜੀਆਂ ਨੂੰ ਜੇਲ੍ਹਾਂ 'ਚ ਭੇਜ ਦਿੱਤਾ ਜਿਹਨੂੰ ਇਹਨਾਂ ਨੇ ਵੀਡੀਓ ਭੇਜੀ। ਤੇ ਇਸ ਕਰਕੇ ਕਾਨੂੰਨ ਦੀ ਜਗ੍ਹਾ ਜਿਹੜੀ ਭਾਰਤੀ ਕਾਨੂੰਨ ਦੇ ਵਿੱਚ ਜਿਹੜੀਆਂ ਸਜ਼ਾਵਾਂ ਨੇ ਉਹ ਉਹਨਾਂ ਨੇ ਦੇਣੀ ਹੈ, ਜਿਹੜੀ ਸਮਾਜ ਦੇ ਵਿੱਚ ਕੌਮਾਂ ਨੂੰ ਲੈ ਕੇ ਜਿਹੜੀਆਂ ਜਥੇਬੰਦੀਆਂ ਜਾਂ ਸੰਸਥਾਵਾਂ ਬਣੀਆਂ ਨੇ ਉਹਨਾਂ ਨੇ ਆਪਣੇ ਤਰੀਕੇ ਨਾਲ ਡੀਲ ਕਰਨਾ। ਹੁਣ ਤੁਸੀਂ ਸਮਝਦੇ ਹੋ ਹਰਜਿੰਦਰ ਸਿੰਘ ਜੀ ਕਿ ਇਹ ਮਸਲਾ ਗੱਲਬਾਤ ਨਾਲ ਨਿਬੜ ਜਾਏਗਾ? ਨਹੀਂ, ਗੱਲਬਾਤ ਤਾਂ ਦੇਖੋ ਹੋਣੀ ਨਹੀਂ ਨਾ, ਹੁਣ ਗੱਲਬਾਤ ਕਿੱਦਾਂ ਹੋ ਸਕਦੀ ਹੈ ਜਦ ਇਹ ਚੀਜ਼ ਹੁਣ ਕਾਨੂੰਨ ਦੇ ਕੋਲ ਚਲੀ ਗਈ ਆ। ਕਾਨੂੰਨੀ ਤੌਰ ਤੇ ਇਹਦਾ ਫੈਸਲਾ ਚਲੋ ਥਾਣਿਆਂ ਦੇ ਵਿੱਚ ਵੀ ਕਈ ਵਾਰੀ ਬੈਠ ਕੇ ਹੋ ਹੀ ਜਾਂਦਾ ਜੀ ਉਹਦੇ ਤੇ। ਨਹੀਂ, ਆਪਾਂ ਇਸ ਤਰ੍ਹਾਂ ਦੇ ਲਈ ਬੰਦੇ ਬਣੇ ਨਹੀਂ ਹੈਗੇ ਆ, ਸਾਡੀ ਬਿਲਕੁਲ ਸਪਸ਼ਟ ਹੈਗੀ ਆ ਕਿ ਆਪਾਂ ਜਿਹੜਾ ਇਸ ਵੇਲੇ ਫੈਸਲਾ ਲਿਆ ਉੱਤੇ ਅਸੀਂ ਅਟਲ ਖੜੇ ਆ, ਤੇ ਇਸ ਚੀਜ਼ ਨੂੰ ਇਸ ਚੀਜ਼ ਤੋਂ ਇਸ ਬੰਦੇ ਨੂੰ ਜਾਂ ਪਿੱਛੇ ਹਟਣਾ ਪਊਗਾ ਜਾਂ ਜਿਹੜੀ ਸਾਡੀ ਸਿੱਖੀ ਆ ਉਹਨੂੰ ਸਾਨੂੰ ਵਾਪਸ ਮੋੜਨੀ ਪੈਣੀ। ਠੀਕ ਹੈ, ਧੰਨਵਾਦ ਹਰਜਿੰਦਰ ਜੀ ਸਾਡੇ ਨਾਲ ਜੁੜੇ, ਆਪਣੀ ਗੱਲ ਰੱਖੀ, ਕਾਫੀ ਡਿਟੇਲ ਦੇ ਵਿੱਚ ਗੱਲਾਂ ਕਈਆਂ ਨੇ ਉਸ ਜਥੇਬੰਦੀ ਦੇ ਆਗੂਆਂ ਨੇ ਨੁਮਾਇੰਦਿਆਂ ਨੇ ਜਿਹੜੇ ਅੱਜ ਗਏ ਸੀ ਔਰ ਕੁੱਲੜ ਪੀਜ਼ਾ ਕੱਪਲ ਨੂੰ ਸਿੱਧਾ ਸਿੱਧਾ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਾਂ ਤਾਂ ਇਸ ਚੀਜ਼ ਨੂੰ ਬੰਦ ਕਰ ਦਿੱਤਾ ਜਾਵੇ ਨਹੀਂ ਫਿਰ ਉਹ ਆਪਣੇ ਤਰੀਕੇ ਨਾਲ ਜਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਹਨਾਂ ਨੇ ਕਿਹਾ ਕਿ ਅਸੀਂ ਨਿਪਟਾਂਗੇ, ਪਰ ਇਸ ਚੀਜ਼ ਨੂੰ ਇੱਥੇ ਹੀ ਬੰਦ ਕਰ ਕੀਤਾ ਜਾਣਾ ਜ਼ਰੂਰੀ ਹੈ। ਇਹ ਗੱਲ ਨਿਹੰਗ ਜਥੇਬੰਦੀਆਂ ਵੱਲੋਂ ਕਹੀ ਗਈ।